ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਦਾ ਭਾਗ 131 ਲੈ ਕੇ ਹਾਜ਼ਰ ਅੱਜ ਦੇ ਇਸ ਭਾਗ ਵਿੱਚ ਅਸੀਂ ਰਾਈਟਿੰਗ ਟਾਸਕ 1 ਕਰਾਂਗੇ ਜੀਟੀ ਦਾ ਜਿਹਦੇ ਵਿੱਚ ਅਸੀਂ ਅੱਗੇ ਕੰਪਲੀਟ ਰਾਈਟਿੰਗ ਆਫ ਫਾਰਮਲ ਲੈਟਰ ਕਰਾਂਗੇ ਤੇ ਇਹ ਜਿਹੜਾ ਫਾਰਮਲ ਲੈਟਰ ਹੈ ਜੀ ਕੈਂਬਰਿਜ ਦੀ ਬੁੱਕ 14 ਦਾ ਟੈਸਟ 3 ਹੋਊਗਾ ਸੋ ਸ਼ੁਰੂ ਕਰਦੇ ਸਭ ਤੋਂ ਪਹਿਲਾਂ ਕੁਐਸਚਨ ਨੂੰ ਰੀਡ ਕਰਦੇ ਯੂ ਰੀਸੈਂਟਲੀ ਡਿਡ ਅ ਸ਼ਾਰਟ ਕੁਕਰੀ ਕੋਰਸ ਦੀ ਕੁਕਰੀ ਸਕੂਲ ਹੈਜ਼ ਆਸਕਡ ਫਾਰ ਯੂਰ ਫੀਡਬੈਕ ਔਨ ਦਿਸ ਕੋਰਸ ਤਾਂ ਤੁਸੀਂ ਕੁਕਿੰਗ ਦਾ ਕੋਈ ਸ਼ਾਰਟ ਕੋਰਸ ਹੈ ਕਿਸੇ ਕੁਕਰੀ ਸਕੂਲ ਤੋਂ ਕੀਤਾ ਸੀ ਤੇ ਉਹਦੇ ਬਾਰੇ ਉਹਦਾ ਤੇ ਉਹ ਫੀਡਬੈਕ ਮੰਗ ਰਹੇ ਜੀ ਰਾਈਟ ਅ ਲੈਟਰ ਟੂ ਦਾ ਕੋਰਸ ਡਾਇਰੈਕਟਰ ਐਟ ਕੁਕਰੀ ਸਕੂਲ ਤਾਂ ਉਹ ਕੋਰਸ ਡਾਇਰੈਕਟਰ ਨੇ ਤੁਹਾਡਾ ਫੀਡਬੈਕ ਮੰਗਿਆ ਜੀ ਇਹਦੇ ਵਿੱਚ ਤੁਸੀਂ ਦੱਸਣਾ ਜੀ ਕੋਰਸ ਡਿਸਕ੍ਰਾਈਬ ਵਾਟ ਯੂ ਇੰਜੋਇਡ ਅਬਾਊਟ ਦਾ ਕੋਰਸ ਕੋਰਸ ਬਾਰੇ ਕੀ ਇੰਜੋਏ ਕੀਤਾ ਸੇ ਹਾਊ ਮਚ ਕੁਕਿੰਗ ਯੂ ਹੈਵ ਡਨ ਆਫ ਸਿੰਸ ਦਾ ਕੋਰਸ ਕੋਰਸ ਤੋਂ ਬਾਅਦ ਕਿੰਨੀ ਕੁ ਕੁਕਿੰਗ ਜਿਹੜੀ ਤੁਸੀਂ ਕੀਤੀ ਹੈ ਜੀ ਸੁਜੈਸਟ ਐਨ ਅਦਰ ਕੁਕਰੀ ਕੋਰਸ ਜੀ ਕੋਈ ਹੋਰ ਕੁਕਿੰਗ ਦਾ ਜਿਹੜਾ ਕੋਰਸ ਹੈ ਸਕੂਲ ਕਿਹੜਾ ਸਟਾਰਟ ਕਰੇਗੀ ਉਹ ਦੱਸਣਾ ਸੋ ਕੋਰਸ ਡਾਇਰੈਕਟਰ ਨੂੰ ਤੁਸੀਂ ਮਿਲੇ ਨੀ ਅਨਨੋਨ ਬੰਦਾ ਹੈ ਜਾਣਦੇ ਨੀ ਸੋ ਇੱਕ ਤਰ੍ਹਾਂ ਦਾ ਫਾਰਮਲ ਲੈਟਰ ਹੋ ਗਿਆ ਜੀ 120 ਮਿੰਟ ਹੁੰਦੇ ਜੀ 150 ਸ਼ਬਦ ਲਿਖਣਾ ਕੋਈ ਐਡਰੈਸ ਨਹੀਂ ਲਿਖਣਾ ਦੋ ਕਹਿ ਰਹੇ ਨੇ ਕਿ ਡੀਅਰ ਸਰ ਜਾਂ ਮੈਡਮ ਨੇ ਯਕੀਨ ਕਰੋ ਤਾਂ ਫਾਰਮਲ ਲੈਟਰ ਹੁੰਦਾ ਕਿਉਂਕਿ ਕੋਰਸ ਡਾਇਰੈਕਟਰ ਨੂੰ ਤੁਸੀਂ ਮਿਲੇ ਨੀ ਅਨਨੋਨ ਬੰਦਾ ਹੈ ਅਣਜਾਣ ਹੈ ਜਾਣਦੇ ਨੀ ਸੋ ਇਹਦੇ ਵਿੱਚ ਤੁਸੀਂ ਲਿਖੋਗੇ ਜੀ ਡੀਅਰ ਸਰ ਔਰ ਮੈਡਮ ਆਈ ਐਮ ਰਾਈਟਿੰਗ ਦਿਸ ਲੈਟਰ ਸਟਾਰਟਿੰਗ ਹੁੰਦੀ ਫਾਰਮੂਲੇਟਰ ਦੀ ਅੱਗੇ ਪਰਪਜ਼ ਹੁੰਦਾ ਇਨ ਰਿਪਲਾਈ ਟੂ ਦਾ ਫੀਡਬੈਕ ਆਸਕ ਬਾਈ ਯੂਅਰ ਸਕੂਲ ਔਨ ਦੀ 1 ਮੰਥ ਕੁਕਰੀ ਕੋਰਸ ਵਿਚ ਆਈ ਹੈਵ ਡਨ ਫਰੋਮ ਯੂਅਰ ਸਕੂਲ ਤਾਂ ਇੱਕ ਮਹੀਨੇ ਦਾ ਜਿਹੜਾ ਕੋਰਸ ਹੈ ਜੀ ਕੁਕਿੰਗ ਦਾ ਮੈਂ ਤੁਹਾਡੇ ਸਕੂਲ ਤੋਂ ਕੀਤਾ ਉਹਦੇ ਤੁਸੀਂ ਫੀਡਬੈਕ ਮੰਗਿਆ ਉਹਦੇ ਰਿਪਲਾਈ ਚ ਹੀ ਮੈਂ ਇਹ ਜਿਹੜਾ ਲੈਟਰ ਜੀ ਲਿਖ ਰਿਹਾ ਸੋ ਇੱਥੇ ਇੱਕ ਕੰਪਲੈਕਸ ਸੈਂਟੈਂਸ ਹੈ ਜੀ ਉਹ ਅਸੀਂ ਵਿੱਚ ਨੂੰ ਯੂਜ਼ ਕਰਕੇ ਬਣਾਇਆ ਤੇ ਆਪਣਾ ਪਰਪਜ਼ ਇੱਥੇ ਅਸੀਂ ਕਲੀਅਰ ਕੀਤਾ ਜੀ ਫਿਰ ਉਹਨਾਂ ਨੇ ਪੁੱਛਿਆ ਕਿ ਕੋਰਸ ਬਾਰੇ ਤੁਸੀਂ ਕੀ ਇੰਜੋਏ ਕੀਤਾ ਇਨਫੈਕਟ ਅਸਲ ਦੇ ਵਿੱਚ ਆਈ ਰੀਲੀ ਇੰਜੋਏ ਦਿਸ ਕੋਰਸ ਮੈਂ ਕੋਰਸ ਨੂੰ ਇੰਜੋਏ ਕੀਤਾ ਆਈ ਲਰਨ ਟੂ ਮੇਕ ਮਾਰਨਿੰਗ ਬ੍ਰੇਕਫਾਸਟ ਸਿੱਖ ਗਿਆ ਮੇਨ ਕੋਰਸ ਹੈ ਰਿਜ਼ਲਟਸ ਵਿਦ ਟਿਪਸ ਐਂਡ ਟ੍ਰਿਕਸ ਐਂਡ ਹੈਂਡ ਔਨ ਐਕਸਪੀਰੀਅੰਸ ਨਾਲ ਇਹ ਚੀਜ਼ਾਂ ਮੈਂ ਸਿੱਖ ਗਿਆ ਵਿਚ ਹੈਲਪਡ ਮੀ ਸੇਵ ਮਾਈ ਫੂਡ ਫਰੋਮ ਸਪੋਇਲਿੰਗ ਐਂਡ ਮੇਕ ਇਟ ਯੰਮੀਅਰ ਤਾਂ ਜਿਹੜਾ ਮੇਰਾ ਭੋਜਨ ਉਹਨੂੰ ਹੋਰ ਜ਼ਿਆਦਾ ਵਧੀਆ ਬਣਾਉਣ ਲਈ ਤੇ ਸੜਨ ਤੋਂ ਬਚਾਉਣ ਲਈ ਮੈਂ ਇਹ ਚੀਜ਼ਾਂ ਨੂੰ ਇੰਜੋਏ ਕੀਤਾ ਟਿਪਸ ਐਂਡ ਟ੍ਰਿਕਸ ਸਿੱਖੇ ਹੈਂਡ ਔਨ ਐਕਸਪੀਰੀਅੰਸ ਜਿਹੜੀ ਕੁਕਿੰਗ ਹੈ ਉਹ ਕੀਤੀ ਇਹ ਚੀਜ਼ ਨੂੰ ਮੈਂ ਕੀ ਕੀਤਾ ਇੰਜੋਏ ਕੀਤਾ ਸੋ ਇੱਥੇ ਅਸੀਂ ਵਿੱਚ ਨੂੰ ਯੂਜ਼ ਕਰਕੇ ਜਿਹੜਾ ਕੰਪਲੈਕਸ ਸੈਂਟੈਂਸ ਬਣਾਏ ਮੋਰ ਓਵਰ ਆ ਗਿਆ ਜੀ ਆਫਟਰ ਦਾ ਕਲਾਸ ਆਈ ਪ੍ਰੈਕਟਿਸ ਮੈਨੀ ਟਿਪੀਕਲ ਤੇ ਕੋਰ ਡਿਸ਼ਿਜ਼ ਸਿੱਖੀਆਂ ਜੀ ਆਈ ਕੁੱਕ ਟਵਾਈਸ ਏ ਵੀਕ ਨੂੰ ਮੈਂ ਦੋ ਵਾਰੀ ਕੁੱਕ ਕਰਦਾ ਹਫ਼ਤੇ ਦੇ ਵਿੱਚ ਬਿਕੋਜ਼ ਮਾਈ ਫੈਮਿਲੀ ਇਜ਼ ਇਨਕਰੀਜ਼ਿੰਗ ਮੀ ਟੂ ਮੇਕ ਮੋਰ ਡਿਲੀਸ਼ੀਅਸ ਫਿਗਰ ਲੇਕਿੰਗ ਫੂਡਸ ਤਾਂ ਉਂਗਲ ਚੱਟਣ ਵਾਲੇ ਹੋਰ ਵੀ ਸਵਾਦਿਸ਼ਟ ਫੂਡ ਬਣਾਉਣ ਲਈ ਮੇਰੀ ਫੈਮਿਲੀ ਜਿਹੜੀ ਉਹ ਮੈਨੂੰ ਇਨਕਰੇਜ ਹੌਸਲਾ ਦੇ ਰਹੀ ਹੈ ਅੱਗੇ ਆ ਗਿਆ ਜੀ ਉਹੀ ਆਈ ਵੁੱਡ ਲਾਈਕ ਟੂ ਥੈਂਕ ਯੂ ਫਾਰ ਟੀਚਿੰਗ ਮੀ ਦੀਜ਼ ਆਰਟਿਸਟਿਕ ਸਕਿੱਲਸ ਆਫ ਕੁਕਿੰਗ ਕੁਕਿੰਗ ਦੀ ਸਕਿੱਲਸ ਕਰਨ ਲਈ ਤੁਹਾਡਾ ਧੰਨਵਾਦ ਹੈ ਆਈ ਵੁੱਡ ਪਲੀਜ਼ ਟੂ ਆਫਰ ਯੂ ਸਮ ਨਿਊ ਕੋਰਸਿਸ ਔਨ ਸਾਊਥ ਇੰਡੀਅਨ ਫੂਡ ਜਾਂ ਇਟਾਲੀਅਨ ਫੂਡ ਆਈਟਮਸ ਵਿਚ ਵੁੱਡ ਅਟਰੈਕਟ ਮੋਰ ਐਂਡ ਮੋਰ ਸਟੂਡੈਂਟਸ ਮੋਰ ਤੋਂ ਮੋਰ ਹੋਰ ਤੋਂ ਜ਼ਿਆਦਾ ਹੋਰ ਸਟੂਡੈਂਟ ਹੋਣਗੇ ਦੋ ਜ਼ਿਆਦਾ ਇੰਟਰਸਟਡ ਇਨ ਕੁਕਿੰਗ ਪ੍ਰੋਫੈਸ਼ਨ ਜਿਹੜੀ ਵੀ ਕੁਕਿੰਗ ਪ੍ਰੋਫੈਸ਼ਨ ਚ ਇੰਟਰਸਟਿੰਗ ਸਟੂਡੈਂਟ ਉਹ ਇਹਨਾਂ ਕੋਰਸਾਂ ਨਾਲ ਵੱਧ ਤੋਂ ਵੱਧ ਜ਼ਿਆਦਾ ਅਟਰੈਕਟ ਹੋਣਗੇ ਥੈਂਕ ਯੂ ਫੋਰ ਵਾਂਸ ਅਗੇਨ ਫਾਰ ਕੰਡਕਟਿੰਗ ਸੱਚ ਯੂਜ਼ਫੁਲ ਕੋਰਸ ਵੈਰੀ ਫੇਰ ਥੈਂਕਸ ਆਈ ਯੂਅਰ ਫੇਥਫੁਲੀ ਯੂਰ ਸੰਸੀਅਰਲੀ ਵੀ ਦੇਖ ਸਕਦੇ ਹੋ ਕਿਉਂਕਿ ਥੋੜਾ ਮੋਟਾ ਕੋਰਸ ਡਾਇਰੈਕਟਰ ਦਾ ਤੁਸੀਂ ਨੇਮ ਜਾਣਦੇ ਹੋ ਜਾਏ ਤੁਹਾਡੇ ਲਈ ਉਹ ਅਣਜਾਣ ਅਨਨੋਨ ਮਿਲੀ ਨੀ ਬਟ ਨੇਮ ਜਾਣਦੇ ਯੂਰ ਸੰਸੀਅਰਲੀ ਦੇਖ ਸਕਦੇ ਹੋ ਸੋ ਯੂਅਰ ਫੇਥਫੁਲੀ ਹਰਦੀਪ ਸਿੰਘ ਹੈ ਇਹਦੇ ਵਿੱਚ ਟੂ ਦਾ ਪੁਆਇੰਟ ਦੀ ਗੱਲ ਕੀਤੀ ਹੈ ਸੋ ਇਸ ਕਰਕੇ 154 ਸ਼ਬਦ ਹੈ ਜਿਹਦੇ ਵਿੱਚ ਸੋ ਇਸ ਤਰੀਕੇ ਨਾਲ ਜਿਹੜਾ ਕੰਪਲੀਟ ਹੈ ਤੁਸੀਂ ਫਾਰਮਲ ਲੈਟਰ ਜੋ ਲਿਖ ਸਕਦੇ ਹੋ ਸੋ ਧੰਨਵਾਦ।